साढ़े हथां दी तू बन के लकीर लुटिया दुख आईओ यारा दिल तेरे हथों टुटिया असी तेरे पिछे तुप नू भी छां कहंदे रे साढ़े कोलों रब यार रुसिया असी उदे तू भी पहला तेरा नाम लेंदे रे। सिंगिंग लाइन च इस तरीके नाल आवां कि मतलब जब मैं मर भी जावां लोकी मैनू याद रखन। रुसिया असी उदे तू भी पहला तेरा नाम लेंदे रे साढ़े हथां दी तू बन के। ते ओ कह देंदे ने मामा जी उन्हें भी के मरासियां वाला काम छड्ड दो। सुनिए जे तेरे नाल दगा मैं कमावा निरब करे मैं मर जावा। तो मैनू यही हुंदा कि असी मेहनत करी जाने अपने वालों पूरी कोशिश करी दी है रियाज करी दा ते अगे जो भी है परमात्मा दा करम है उन्होंने जदों करना होया तो कर ही देना। नाल दगा मैं कमावा। बहुत भैन भरावा गाउण वाले जिन्हां नूं वेखी दा मन बहुत दुखी हुंदा क्योंकि अजकल ਜਿੱਦਾਂ ਦੀ ਅਸੀਂ ਗਾਇਕੀ ਗਾਉਂਦੇ ਹਾਂ ਇੱਦਾਂ ਦੀ ਗਾਇਕੀ ਨੂੰ ਬਹੁਤ ਘੱਟ ਸਪੋਰਟ ਕਰਦੇ ਆ ਲੋਕੀ। ਵੇਲਾ ਦੀ ਸੋ ਮੈਂ ਮਰ ਜਾਵਾਂ ਤੇ ਕਈ ਲੋਕ ਬੜੀਆਂ ਗੱਲਾਂ ਵੀ ਕਰਦੇ ਨੇ ਵੀ ਕੁੜੀਆਂ ਕਿਹੜੇ ਕੰਮਾਂ 'ਚ ਪਈਆਂ ਨੇ। ਜੇ ਆਪ ਪਿਲਾਵੇ ਯਾਰ ਤੇ ਪੀਣੀ ਪੈਂਦੀ ਹੈ ਜਦੋਂ ਆਪ ਪਿਲਾਵੇ ਯਾਰ ਤੇ ਪੀਣੀ ਪੈਂਦੀ ਹੈ ਜਦੋਂ ਧੋਖਾ ਦੇਵੇ ਪਿਆਰ ਜਦੋਂ ਧੋਖਾ ਦੇਵੇ ਪਿਆਰ ਕੁਛ ਨਹੀਂ ਬਸ ਇਹ ਕਹਿੰਦੇ ਸੀਗੇ ਵੀ ਅਸੀਂ ਮਤਲਬ ਘਰ ਦੇ ਹਾਲਾਤ ਨਹੀਂ ਦਿਖਾਉਣੇ ਹੈਗੇ ਕਿਸੇ ਨੂੰ ਜਿਵੇਂ ਵੀ ਚੱਲ ਰਿਹਾ ਆਪਾਂ ਮਤਲਬ ਚੱਲਣ ਦੇਣਾ ਵਾ। ਖੁਦ ਹੀ ਲੋਕੀ ਕਹਿ ਦਿੰਦਾ ਕਿ ਤੁਸੀਂ ਇੰਟਰਵਿਊ ਦਿੰਦੇ ਹੋ ਤੇ ਤੁਸੀਂ ਸ਼ਾਇਦ ਤੁਹਾਨੂੰ ਪੈਸਿਆਂ ਦਾ ਕਰਕੇ ਵੀ ਤੁਸੀਂ ਪੈਸੇ ਮੰਗਦੇ ਲੋਕਾਂ ਕੋਲ। ਸਾਡੇ ਹੱਥਾਂ ਦੀ ਤੂੰ ਬਣ ਕੇ ਲਕੀਰ ਲੁੱਟਿਆ ਦੁੱਖ ਆਇਓ ਯਾਰਾ ਦਿਲ ਤੇਰੇ। ਕਿ ਮੇਰੇ ਤੋਂ ਪਹਿਲਾਂ ਮਤਲਬ ਮੇਰੇ ਦੋ ਭਰਾ ਸੀਗੇ ਉਹਨਾਂ ਦੀ ਡੈਥ ਹੋ ਗਈ ਫਿਰ ਮੇਰੇ ਤੋਂ ਬਾਅਦ ਵੀ ਦੋ ਸੀਗੇ ਉਹਨਾਂ ਦੀ ਡੈਥ ਹੋ ਗਈ ਸੀ ਚਾਰ ਬ੍ਰਦਰ ਸੀਗੇ ਤੇ ਉਹ ਫਿਰ ਜਦੋਂ ਛੋਟੇ ਦਾ ਜਨਮ ਹੋਇਆ ਮੇਰੇ ਬ੍ਰਦਰ ਦਾ ਸਲੀਮ ਦਾ ਤੇ ਫਿਰ ਡਰ ਜਿਹਾ ਸੀਗਾ ਮਨ 'ਚ ਤੇ ਇਸ ਕਰਕੇ ਫਿਰ ਪੜ੍ਹਾਈ ਛੱਡਣੀ ਪਈ ਕਿਉਂਕਿ ਇੱਕ ਜਣੇ ਨੂੰ ਉਹਦੇ ਕੋਲ ਰਹਿਣਾ ਪੈਂਦਾ। ਅਸੀਂ ਉਹਦੇ ਤੋਂ ਵੀ ਪਹਿਲਾਂ ਤੇਰਾ ਨਾਮ ਲੈਂਦੇ ਰਹੇ। ਥੋੜ੍ਹਾ ਵਧੀਆ ਤਰੀਕੇ ਨਾਲ ਅੱਗੇ ਆਇਆ ਜਾਵੇ ਕੁਛ ਕਿਉਂਕਿ ਸਾਡੇ ਵਰਗਿਆਂ ਨੂੰ ਨਾ ਕੋਈ ਚੰਗੀ ਕੰਪਨੀ ਮਿਲਦੀ ਹੈ ਤੇ ਨਾ ਕੋਈ ਪ੍ਰਮੋਟਰ ਹੀ ਮਿਲਦਾ। ਮਨ ਦਿਲਦਾਰ ਤੂੰ ਮਨ ਆਣਾ ਮਨ ਦਿਲਦਾਰ ਅਸਾਂ ਤੇ ਤੈਨੂੰ ਰੱਬ ਮੰਨਿਆ ਤੂੰ ਮਨ ਆਣਾ ਮਨ ਦਿਲਦਾਰ ਅਸਾਂ ਤੇ ਤੈਨੂੰ ਰੱਬ ਮੰਨਿਆ। ਨਾਨਕਾ ਪਰਿਵਾਰ ਬਹੁਤ ਜ਼ਿਆਦਾ ਮਤਲਬ ਸਾਡੇ ਖਿਲਾਫ਼ ਨੇ ਕੀ ਕਹਿੰਦੇ ਆ ਆਹੀ ਕਿ ਤੁਸੀਂ ਮਰਾਸੀ ਵਾਲਾ ਕੰਮ ਫੜਿਆ ਕੁੜੀਆਂ ਦਾ ਵਿਆਹ ਨਹੀਂ ਕਰਦੇ ਹੈਗੇ। ਰੱਬ ਦਾ ਦਵਾਰਾ ਅਸਾਂ ਤੇ ਤੈਨੂੰ ਰੱਬ ਮੰਨਿਆ ਤੂੰ ਮਨ ਆਣਾ ਮਨ ਦਿਲਦਾਰ ਅਸਾਂ ਤੇ ਤੈਨੂੰ ਰੱਬ ਮੰਨਿਆ। ਬ੍ਰੇਕਿੰਗ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਅਤੇ ਮੈਂ ਬਲਜਿੰਦਰ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਟੈਲੈਂਟ ਬਹੁਤ ਜ਼ਿਆਦਾ ਵਾ ਅਤੇ ਕਿਤੇ ਨਾ ਕਿਤੇ ਉਸ ਟੈਲੈਂਟ ਨੂੰ ਅੱਗੇ ਲਿਆਉਣ ਦੇ ਵਿੱਚ ਜੇ ਕਹਿ ਦਈਏ ਵੀ ਘਰ ਦੇ ਹਾਲਾਤ ਜਾਂ ਗਰੀਬੀ ਰੇਖਾ ਵਾ ਉਹ ਉੱਪਰ ਨਹੀਂ ਆਉਣ ਦਿੰਦੀ। ਅੱਜ ਤੁਹਾਨੂੰ ਇੱਕ ਅਜਿਹੇ ਹੀ ਟੈਲੈਂਟ ਨਾਲ ਮਿਲਾਵਾਂਗੇ ਅਤੇ ਉਹਨਾਂ ਦੇ ਤੁਹਾਨੂੰ ਆਵਾਜ਼ ਵੀ ਸੁਣਾਵਾਂਗੇ। ਮੇਰੇ ਨਾਲ ਇੱਥੇ ਅੱਜ ਤਿੰਨ ਕੁੜੀਆਂ ਮੌਜੂਦ ਨੇ ਪੰਜਾਬ ਦੀਆਂ ਜਿਹਨਾਂ ਦੀ ਤੁਸੀਂ ਆਵਾਜ਼ ਸੁਣੋਗੇ ਕਿਤੇ ਨਾ ਕਿਤੇ ਉਸ ਆਵਾਜ਼ ਦੇ ਤੁਹਾਡੇ ਕੰਨਾਂ ਦੇ ਵਿੱਚ ਵੀ ਇੱਕ ਰਸ ਪੈਦਾ ਕਰ ਦੂਗੀ। ਅਤੇ ਮੇਰੇ ਨਾਲ ਤਿੰਨ ਬੇਟੀਆਂ ਜਾਂ ਧੀਆਂ ਮੌਜੂਦ ਨੇਗੀਆਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਭੈਣੇ ਸਤਿ ਸ਼੍ਰੀ ਅਕਾਲ, ਬ੍ਰੇਕਿੰਗ ਨਿਊਜ਼ ਪੰਜਾਬ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਕੀਤਾ ਜਾਂਦਾ ਹੈ। ਸਤਿ ਸ਼੍ਰੀ ਅਕਾਲ ਵੀਰੇ ਔਰ ਬ੍ਰੇਕਿੰਗ ਨਿਊਜ਼ ਪੰਜਾਬ ਦੇਖ ਰਹੇ ਜਿੰਨੇ ਵੀ ਸਰੋਤੇ ਨੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਛਾ ਭੈਣੇ, ਸਾਰਿਆਂ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ। ਜੀ, ਮੇਰਾ ਨਾਮ ਵੀਰੇ ਅਲਕਾ ਹੈਗਾ, ਇਹਨਾਂ ਦਾ ਨਾਮ ਮਲਕਾ ਹੈ ਅਤੇ ਛੋਟੇ ਮੇਰੇ ਸਿਸਟਰ ਉਹਨਾਂ ਦਾ ਨਾਮ ਆਸ਼ੂ ਲੱਦੜ ਹੈ। ਠੀਕ ਹੈ ਜੀ। ਅੱਛਾ, ਸਾਰਿਆਂ ਤੋਂ ਪਹਿਲਾਂ ਅਸੀਂ ਇੱਕ ਵਾਰੀ ਦਰਸ਼ਕਾਂ ਨੂੰ ਆਵਾਜ਼ ਸੁਣਾਵਾਂਗੇ ਅਤੇ ਬਾਕੀ ਦੀਆਂ ਗੱਲਾਂ ਬਾਤਾਂ ਅਸੀਂ ਅੱਗੇ ਕਰਾਂਗੇ। ਅੱਛਾ ਭੈਣੇ, ਇੱਕ ਵਾਰੀ ਗਾਣਾ ਸੁਣਾ ਦਿਓ ਦਰਸ਼ਕਾਂ ਨੂੰ ਪਹਿਲਾਂ ਤਾਂ। ਜੀ ਠੀਕ। ਕਿਹੜਾ ਗਾਣਾ ਸੁਣਾਵਾਂਗੇ ਤੁਸੀਂ? ਮੈਂ ਸੂਫੀ ਸੁਣਾਵਾਂਗੀ ਜੀ। ਅਤੇ ਗਾਣਾ ਸੁਣਦੇ ਹਾਂ ਅਤੇ ਤੁਸੀਂ ਵੀ ਸੁਣਿਓ
ते आज सुन दे गाना। जिंद ना में कर जाऊंगा हो जिंद ना में कर जाऊंगा हो लोकी केंदे छड़ माही जे मैं छड़े आते मर जाऊंगा ए गली मान दिए हाय ते थो सोना होर नहीं वे मैनू कसम कुरान दिए हो माड़ा है ते माड़ा सही यार जो है माड़ा है ते माड़ा सही यार जो है कुछ भी होवे ओ मेरा प्यार जो है कुछ भी होवे ओ मेरा प्यार जो है हो माड़ा है ते माड़ा सही यार जो है हो माड़ा है ते माड़ा सही यार जो है कुछ भी होवे ओ मेरा प्यार जो है क्यों माये दा क्यों ढोले दा क्यों माये दा क्यों ढोले दा गिला करा मैं ता लख बारी बिस्मिल्ला करा हो बिस्मिल्ला करा हाँ बिस्मिल्ला करा हो मैं ता लख बारी बिस्मिल्ला करा। बाजी बात बहुत सोहनी आवाज है भैने बहुत खूबसूरत आवाज आ। जे गल करिए मैनू कितने ना कितने पंजाब दियाँ दो कुड़ियाँ कितने ना कितने नूरा सिस्टर की याद आ गई तुसीं उन्होंने याद दवाती कितने कितने फॉलो कर दो उन्होंने। हाँ जी मैं बहुत सुनिया उन्होंने साढ़े आदर्श गुरु ने तो सुनिया फिर सुनने के नाल जिन्हों आप ज़्यादा सुनिया फर्क पै जाता उन्होंने है ना जिमें टच आ जाता आवाज का। सिख दे कितों जी गल करिए जी मैं मेरे उस्ताद जी काफ़ी टाइम पहले मतलब मैं सीखना स्टार्ट किया छोटे होंद तो मेरे उस्ताद जी का नाम है सुखदेव नाथ जी तो वहीं पर तो हाँ जी उन्होंने पिंड है तो जागरण वगैरह करते हैं जी। गल करिए शुरुआत कितों किया भी तिने भैन पर रल के गाइए। मैनू भी बचपन तो ही बहुत शौक सीगा भी मैं मतलब सिंगिंग लाइन च साडे मंदिर हैगा भगवान वाल्मीकि जी महाराज जी का तो उत्थे सत्संग करते मम्मी पापा उत्तों फिर सानू लगन लगते लगते लगी तो मेरे दिल च ये सीगा भी मतलब सिंगिंग लाइन च इस तरीके नाल आवां कि मतलब जब मैं मर भी जावां लोग मैनू याद रखन। तो फिर पिंड का साडा माहौल है जिदा तो कई लोग बड़िया गल्लां भी करते ने भी कुड़ियां केड़े कम्मां च पईआं ने या कह देंदे ने काफ़ी बहुत ज़्यादा बोलते ने कई बहुत सपोर्ट भी करते ने कई भैन भरा बट कुछ लोग है इदा के जेडे कहें इन्होंने कुड़ियों मतलब कुछ साढ़े जिदा रिश्तेदार भी है तो वह कह देंगे ने मामा जी उन्हें भी कि मरासिया वाला काम छड़ दो बट मेरे दिल चाह ही सीगा भी मैं सिंगिंग करनी है तो मैं अपना नाम बनाना है। फिर उस तो बाद उस्ताद जी होर पापा जी होर ने गल की भी साढ़िया कुड़ियाँ कहदियाँ असी गाना है तो पापा जी उन्होंने जो गल की फिर उस्ताद जी उन्होंने जागरण से लैके जाना सानू नाल फिर इदा ही वधदा वधदा जिहड़ा रुझान आ ध्यान साडा इधर नू वधदा गया। अच्छा तुसीं दस्या जिवें भी सानू लोग कहिंदे ने भी तुसीं छड्ड दो इह काम नू कदे मन दे विच आया वा भी छड्ड दईए। नहीं मैनू बस यही हुंदा कि मैं अगे वधना मैं अपना जिद्दां कहिंदे हुंदे ना करम करी जाओ फल आपे परमात्मा दे हत्थ च उहनां कदों देना तो मैनू यह हुंदा कि असी मेहनत करी जाने अपने वल्लों पूरी कोशिश करी दी है रियाज़ करी दा तो अगे जो भी है परमात्मा का करम है उन्होंने जदों करना होया उदों कर ही देना। जी 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 तुसीं रोज़ रियाज़ करदे हो। अच्छा सारे तो पहला तो मैं एक चीज़ पुछण भैणे तुसीं रो रहे हो की गल होगी। कुछ नहीं बस ये कहें भी असी मतलब घर के हालात नहीं दिखाने है किसी को जिमें भी चल रहा आप मतलब चलन देना वा भी असी खुद ही कमावे परमात्मा कृपा करे तो असी खुद ही लोग
कह देना कि तुसी इंटरव्यू देंदे हो ते तुसी शायद तुहानू पैसों का करके भी तुसी पैसे मंगते हो लोगों को, पर मतलब ये कहिंदे सी मैनू बहुत रोकदे सी, मैं पहले भी मना कीता सी साडे सत्कारयोग वीर जी जसपाल कादगिल वाले ते उन्होंने मेरे नाल जदों गल कीती मैं मना कीता सीगा उन्हां नू भी नहीं इंटरव्यू देना नहीं आपां ते ये कहंदे ही कि नहीं देना ते फिर मैं क्या कोई गल नहीं वीरे होनी आ रहे हैं भी इदा चंगा नहीं लगता तो इस करके थोड़ा फिर तुहानू पता मन होवे हुंदा। चलो कोई ना मैं भी दर्शकों नूं दस दवां कि ये परिवार को जो गल करिए इन्हां भैणां नूं किसी को तुहाडे पैसे की लोड़ नहीं सिर्फ तुहाडी सपोर्ट की लोड़ आ तां जो इन्हां दी एक सुरीली आवाज़ आ तुहाडे तक किसी ना किसी माध्यम तक पहुँच सके। अच्छा भैणे रोना नहीं ठीक है हुण तुसीं। अच्छा भैणे जे गल करिए परिवार की, परिवार च कौन कौन आ? परिवार च वीरे तीन असीं भैणां ते इक भरा है ते मम्मी पापा छोटा ब्रदर है। किसी मतलब तुसी आवाज़ नूं लैके किसी सिंगर तक पहुँच नहीं की कि जान दी जा किसी नूं मिलन दी? नहीं तुहानूं पता किसी तक पहुँचना ही बड़ा औखा है जिवें दा अजकल जमाना है किसी मतलब वड्डी सैलीब्रिटी नूं मिलन दा मौका ही नहीं मिलता क्योंकि उन्हां दा तुहानूं पता शेड्यूल बहुत बिजी हुंदा ते ना कोई रिप्लाई करदा है सीधा। अब मैं तां वैसे करदी भी नहीं क्योंकि मैनूं पता भी किसी ने मतलब इदा कोई नहीं किसी का करता क्योंकि मेरे वर्गे मैं नहीं, मेरे वर्गे हजार ही भैन भरा जिन्हें बहुत सुरीला गाँवते हैं मेरे नालों भी बहुत ज्यादा। मैं नहीं कहती मैं सुरीला गाँनी हाँ, बहुत ज़्यादा टैलेंट है जोड़ा धक्के खा रहा अजकल तो उन्होंने कोई मतलब मंजिल नहीं मिल रही तो कई बार मतलब चलो छोड़ो कोई गल नहीं ते बहुत भैन भरावा गाने वाले जिन्होंने वेखी का मन बहुत दुखी होंगे क्योंकि अजकल जिदा की असी गायकी गाने इदा की गायकी बहुत घट सपोर्ट करते हैं लोग। यही चीज असं भी देखते हैं कि थोड़ी जी आवाज़ की गल करिए आवाज़ बहुत सुरीली है पर कितने ना कितने आवाज़ में हाले तक सपोर्ट नहीं मिली है ना। हाँ जी तुहानू पता फिर जे आप घरों रीच होइए तो पैसे ला के आप अगे बद जाइए तो साडा हुण सिस्टम इदा का कि असं प्रोग्राम करते हैं प्रोग्राम करके साडा अपना मना मतलब घर का ही गुजारा हुंदा है मसा। तुसीं प्रोग्राम लाउंदे हो? हाँ जी प्रोग्राम करते हैं आपां ते घर का ही जिदा सर्कल चलता है तो वह फिर अपना मतलब हुंदा है कि जिवें थोड़ा वधिया तरीके नाल अगे आया जाए कुछ क्योंकि साडे वर्गियां नूं ना कोई चंगी कंपनी मिलती है तो ना कोई प्रमोटर ही मिलता है इदा हुंदा ते असी मतलब अगर अच्छे तरीके नाल अगे आईए तो साडा फिर ही साडी लाइफ सैट हैगी अदरवाइज प्रोग्राम कर लियो तो फिर साडी जिंदगी इदा ही निकल जानी है। मैं देखिया आवाज थोड़ी बहुत सुरीली आ ये तो गल पिंड च भी पता होनी है पर कोई पिंड वाले वालों या किसी सरकार वालों मदद नहीं की गई? नहीं। तो जे गल करिए असी सिंगर की तो सिंगर नू केड़े नू मतलब ज़्यादा सुनना पसंद करते हो या गाना? मैं मास्टर सलीम साहब नू मैं उस्ताद जी मानती उन्होंने बहुत ज्यादा पसंद कर दर्शकों नू मास्टर सलीम साहब जी का गाना सुना दोगे जी। साढ़े हथा दी तू बन के लकीर लुटिया दुख आयो यारा दिल तेरे हथों टुटिया असी तेरे पिछे तुप नू भी छां कहंदे रे साडे कोलों रब यार रुसिया असी उदे तों भी पहला तेरा नाम लेंदे रे साडे कोलों रब यार रुसिया असी उदे तों भी पहला तेरा नाम लेंदे रे साढ़े हथा दी तू बन के लकीर लुटिया। वैसे मेरा गला थोड़ा खराब मैं गा नहीं पा रही। सच्ची आवाज़ थोड़ी बहुत सोहनी है तो जो गल करिए गायकी तो अलावा होर की करते हो? होर मैं मतलब लोकल जॉब करती हाँ जिमें तरन तारण शहर तो कपड़े की शॉप है मैं उत्थे काम करती नाल। ते तुसी भैने की करदे हो? हाँ जी मैं भी दीदी नाली कपड़े दी शॉप ते। तुसी पढ़े हो? हाँ जी 10th। अग्गे क्या नहीं पढ़े तुसी? कुछ इदा ही बस इदा मैं पता कर दिया का कई प्रॉब्लम्स होंगे क्योंकि साढ़े घर का सिस्टम इदा सी कि मेरे तो पहला मतलब मेरे दो भरा सीगे उन्हां दी डैथ हो गई फिर मेरे तो बाद भी दो सीगे उन्हां दी डैथ हो गई सी चार ब्रदर सीगे
ਤੇ ਉਹ ਫਿਰ ਜਦੋਂ ਛੋਟੇ ਦਾ ਜਨਮ ਹੋਇਆ ਮੇਰੇ ਬ੍ਰਦਰ ਦਾ ਸਲੀਮ ਦਾ ਤੇ ਫਿਰ ਡਰ ਜਿਹਾ ਸੀਗਾ ਮਨ 'ਚ ਤੇ ਇਸ ਕਰਕੇ ਫਿਰ ਪੜ੍ਹਾਈ ਛੱਡਣੀ ਪਈ ਕਿਉਂਕਿ ਇੱਕ ਜਣੇ ਨੂੰ ਉਹਦੇ ਕੋਲ ਰਹਿਣਾ ਪੈਂਦਾ ਸੀ ਅਤੇ ਇੱਕ ਜਣਾ ਕੰਮ ਵਗੈਰਾ ਕਰਦਾ ਸੀ ਫਿਰ ਇੱਕ ਜਣਾ ਬਾਹਰ ਵੀ ਤੁਹਾਨੂੰ ਪਤਾ ਕਮਾ ਕੇ ਲਿਆਉਣਾ ਤਾਂ ਕਰਕੇ ਫਿਰ ਇੱਦਾਂ ਹੀ ਮੈਨੇਜ ਕਰਨਾ ਪਿਆ ਕਿਉਂਕਿ ਪੜ੍ਹਾਈ ਤਾਂ ਚਲੋ ਜ਼ਿੰਦਗੀ ਹੈ ਜਦੋਂ ਮਰਜ਼ੀ ਕਰ ਸਕਦੇ ਪਰ ਭੈਣ ਭਰਾਵਾਂ ਨੂੰ ਤੁਹਾਨੂੰ ਪਤਾ ਹੁਣ ਭੈਣ ਭਰਾ ਨਹੀਂ ਮਿਲਦੇ ਜ਼ਿੰਦਗੀ 'ਚ ਕਦੇ ਵੀ ਅੱਛਾ ਭੈਣੇ ਜੇ ਗੱਲ ਕਰੀਏ ਅੱਗੇ ਪੜ੍ਹਨਾ ਚਾਹੁੰਦੇ ਹੋ ਤੁਸੀਂ ਹਾਂਜੀ ਕੀ ਸੁਪਨਾ ਕੀ ਹੈ ਤੁਹਾਡਾ ਮਤਲਬ ਮੈਂ ਇੱਕ ਵਧੀਆ ਆਪਣਾ ਸਿੱਖਣਾ ਚਾਹੁੰਦੀ ਹਾਂ ਮਿਊਜ਼ਿਕ ਨੂੰ ਅਤੇ ਪੜ੍ਹਨਾ ਵੀ ਚਾਹੁੰਦੀ ਹਾਂ ਮੈਂ ਬਾਕੀ ਮੈਂ ਇਹੀ ਸੋਚਿਆ ਕਿ ਮੈਂ ਆਪਣੀ ਲਾਈਫ ਦੇ ਵਿੱਚ ਭਾਵੇਂ ਮਤਲਬ ਮੇਰੀ ਜ਼ਿਆਦਾ ਵੀ ਏਜ਼ ਹੋ ਜਾਂਦੀ ਹੈ ਅਤੇ ਮੈਂ ਪੜ੍ਹਾਂਗੀ ਜ਼ਰੂਰ ਅਤੇ ਇਹਨਾਂ ਭੈਣ ਦਾ ਸੁਪਨਾ ਵਾ ਵੀ ਅੱਗੇ ਪੜ੍ਹਨਾ ਵੀ ਚਾਹੁੰਦੇ ਨੇ ਅਤੇ ਇਹਨਾਂ ਦਾ ਅੱਗੇ ਜਾ ਕੇ ਕੋਈ ਵਧੀਆ ਸਿੰਗਰ ਵੀ ਬਣਨਾ ਚਾਹੁੰਦੇ ਨੇ ਸਿੱਖਣਾ ਵੀ ਚਾਹੁੰਦੇ ਨੇ ਮੈਂ ਬੇਨਤੀ ਕਰਨਾ ਜੇ ਕੋਈ ਵੀ ਇਸ ਵੀਡੀਓ ਨੂੰ ਦੇਖ ਰਿਹਾ ਵਾ ਜ਼ਰੂਰ ਇਹਨਾਂ ਤੱਕ ਮਤਲਬ ਸੰਪਰਕ ਕਰੋ ਸਪੋਰਟ ਕਰੋ ਕਿਉਂਕਿ ਇਹ ਭੈਣ ਸਿੱਖ ਕੇ ਅੱਗੇ ਆਉਣਾ ਚਾਹੁੰਦੇ ਨੇਗੇ ਅੱਛਾ ਭੈਣੇ ਮੈਂ ਤੁਹਾਡੇ ਤੋਂ ਗਾਣਾ ਸੁਣਨਾ ਚਾਹੁੰਦਾ ਵਾਂ ਹੁਣ ਹਾਂਜੀ ਜ਼ਰੂਰ ਸੁਣਾਇਆ ਅਤੇ ਕਿੰਨੇ ਜਾਣੇ ਗਾਇਓ ਠੀਕ ਹੈ ਤੁਸੀਂ ਹਾਂਜੀ ਜਿਹਦੇ ਹੋ ਰਹੀਏ ਉਹਨੂੰ ਲੱਭ ਲਈਏ ਜਿਹਦੇ ਹੋ ਰਹੀਏ ਉਹਨੂੰ ਲੱਭ ਲਈਏ ਜਿਹਦੇ ਹੋ ਰਹੀਏ ਉਹਨੂੰ ਲੱਭ ਲਈਏ ਲੋਕ ਵਖਾਵਾ ਕਰਨਾ ਕੀ ਜਿਹਦੇ ਹੋ ਰਹੀਏ ਉਹਨੂੰ ਲੱਭ ਲਈਏ ਐਵੇਂ ਲੋਕ ਵਖਾਵਾ ਕਰਨਾ ਕੀ ਜਿਹੜਾ ਬਚਨ ਗੁਰਾਂ ਦਾ ਮੋੜ ਦੇਵੇ ਜਿਹੜਾ ਬਚਨ ਗੁਰਾਂ ਦਾ ਮੋੜ ਦੇਵੇ ਉਸ ਪਵ ਸਾਗਰ ਚੋਂ ਤਰਨਾ ਕੀ ਜਿਹਦੇ ਹੋ ਰਹੀਏ ਉਹਨੂੰ ਲੱਭ ਲਈਏ ਆਵਾਜ਼ ਤੁਹਾਡੀ ਤਿੰਨਾਂ ਭੈਣਾਂ ਦੀ ਬਹੁਤ ਵਧੀਆ ਬਹੁਤ ਸੁਰੀਲੀ ਆਵਾਜ਼ ਆ ਅਤੇ ਜੇ ਗੱਲ ਕਰੀਏ ਮਾਸਟਰ ਸਲੀਮ ਤੋਂ ਇਲਾਵਾ ਜਾਂ ਨੂਰਾ ਸਿਸਟਰ ਤੋਂ ਨੇਗੇ ਉਹਨਾਂ ਤੋਂ ਇਲਾਵਾ ਤੁਸੀਂ ਕਿੰਨਾਂ ਨੂੰ ਗਾਉਣਾ ਜਾਂ ਸੁਣਨਾ ਪਸੰਦ ਕਰਦੇ ਹੋ ਮੈਂ ਨੂਰ ਜਹਾਂ ਜੀ ਨਸੀਬੋ ਲਾਲ ਜੀ ਮੈਂ ਬਹੁਤ ਸੁਣਿਆ ਉਹਨਾਂ ਨੂੰ ਅਤੇ ਅਜੇ ਵੀ ਮੈਂ ਬਹੁਤ ਸੁਣਦੀ ਹਾਂ ਉਹਨਾਂ ਨੂੰ ਅਤੇ ਮੈਂ ਭੈਣੇ ਜੀ ਗੱਲ ਕਰਾਂ ਪਰਿਵਾਰ ਦੇ ਵਿੱਚ ਘਰ ਦੇ ਕਿੰਨੀ ਕੁ ਸਪੋਰਟ ਕਰਦੇ ਆ ਫੈਮਿਲੀ ਵੱਲੋਂ ਮਤਲਬ ਪੂਰੀ ਸਪੋਰਟ ਹੈ ਮੇਰੇ ਮੰਮੀ ਪਾਪਾ ਵੱਲੋਂ ਕਦੇ ਰੋਕਿਆ ਤਾਂ ਨਹੀਂ ਕਰਦੇ ਨੇ ਨਹੀਂ ਪਾਪਾ ਮੰਮੀ ਨਹੀਂ ਰੋਕਦੇ ਨਾ ਮੇਰਾ ਦਾਦੀਕਾ ਪਰਿਵਾਰ ਹੀ ਰੋਕਦਾ ਬਾਕੀ ਮੇਰੇ ਨਾਨਕਾ ਪਰਿਵਾਰ ਬਹੁਤ ਜ਼ਿਆਦਾ ਮਤਲਬ ਸਾਡੇ ਖਿਲਾਫ਼ ਨੇ ਕੀ ਕਹਿੰਦੇ ਆ ਆਹੀ ਕਿ ਤੁਸੀਂ ਮਰਾਸੀ ਵਾਲਾ ਕੰਮ ਫੜਿਆ ਕੁੜੀਆਂ ਦਾ ਵਿਆਹ ਨਹੀਂ ਕਰਦੇ ਹੈਗੇ ਅਤੇ ਇਹੀ ਕਹਿੰਦੇ ਆ ਕਿ ਇਹਨਾਂ ਦੇ ਮਤਲਬ ਕੋਈ ਵੇਖ ਕੇ ਮੁੰਡੇ ਤੇ ਜਲਦੀ ਜਲਦੀ ਬਸ ਇਹਨਾਂ ਦੇ ਵਿਆਹ ਹੀ ਕਰ ਦੋ ਲੱਭ ਕੇ ਵਿਆਹ ਕਰ ਦੋ ਮੈਂ ਤੀਸਰੀ ਭੈਣ ਨਾਲ ਵੀ ਗੱਲ ਕਰੂੰ ਭੈਣੇ ਸਤਿ ਸ਼੍ਰੀ ਅਕਾਲ ਵੀਰੇ ਕੀ ਨਾਮ ਹੈ ਭੈਣੇ ਤੁਹਾਡਾ ਆਸ਼ੂ ਵੀਰੇ ਅਤੇ ਤੁਸੀਂ ਪੜ੍ਹਦੇ ਹੋ ਹਾਂਜੀ ਵੀਰੇ ਕਿਹੜੀ ਕਲਾਸ 'ਚੋਂ ਪਲੱਸ ਟੂ 'ਚ ਅੱਛਾ ਗਾਉਣ ਦਾ ਸ਼ੌਂਕ ਤੁਹਾਨੂੰ ਵੀ ਨਾਲ ਹਾਂਜੀ ਅਤੇ ਅੱਗੇ ਕੀ ਕਰਨਾ ਫਿਰ ਅੱਗੇ ਸੁਪਨਾ ਕੀ ਹੈ ਅੱਗੇ ਵੀਰੇ ਸਿੰਗਿੰਗ ਕਰਨੀ ਹੈ ਸਿੰਗਿੰਗ ਕਰਨੀ ਹੈ ਹਾਂਜੀ ਅਤੇ ਹਾਲੇ ਤੱਕ ਜਿਹੜੀ ਸਪੋਰਟ ਮਿਲਣੀ ਚਾਹੀਦੀ ਮਿਲੀ ਨਹੀਂ ਹੈ ਨਾ ਹਾਂਜੀ ਚਲੋ ਕੋਈ ਗੱਲ ਨਹੀਂ ਅਤੇ ਅਸੀਂ ਹੁਣ ਦਰਸ਼ਕਾਂ ਨੂੰ ਵੀ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਕਿਉਂਕਿ ਇਹ ਆਵਾਜ਼ ਆ ਕਿਤੇ ਨਾ ਕਿਤੇ ਇਸ ਆਵਾਜ਼ ਨੂੰ ਤੁਹਾਡੀ ਸਪੋਰਟ ਆ ਅਤੇ ਅਸੀਂ ਜਾਂਦੇ ਜਾਂਦੇ ਇੱਕ ਗਾਣਾ ਜ਼ਰੂਰ ਸੁਣਾਂਗੇ ਸੋਹਣੀਏ ਜੇ ਤੇਰੇ ਨਾਲ ਦਗਾ ਮੈਂ ਕਮਾਵਾਂ ਨੀ ਰੱਬ ਕਰੇ ਮੈਂ ਮਰ ਜਾਵਾਂ ਹਾਏ ਨੀ ਅੱਲਾ ਕਰੇ ਮੈਂ ਮਰ ਜਾਵਾਂ ਸੋਹਣਿਆ ਜੇ ਤੇਰੇ ਨਾਲ ਦਗਾ ਮੈਂ ਕਮਾਵਾਂ ਵੇਲਾ ਕਰੇ ਮੈਂ ਮਰ ਜਾਵਾਂ ਹਾਏ ਵੇਲਾ ਦਿਸੋ ਮੈਂ ਮਰ ਜਾਵਾਂ ਆਵਾਜ਼ ਬਾ ਕਮਾਲ ਆ ਕਿਤੇ ਨਾ ਕਿਤੇ ਇਸ ਆਵਾਜ਼ ਨੂੰ ਘਰ ਦੇ ਹਾਲਾਤ ਰੋਕ ਲੈਂਦੇ ਨੇ ਅਤੇ ਹੁਣ ਮੇਰੇ ਨਾਲ ਬੇਟੀਆਂ ਦੇ ਪਿਤਾ ਜੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਾਪੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਪੂ ਜੀ ਘਰ ਦੇ ਵਿੱਚ ਤਿੰਨ ਕੁੜੀਆਂ ਨੇ ਗਾ ਰਹੀਆਂ ਨੇ ਬਹੁਤ ਸੁਰੀਲੀ ਆਵਾਜ਼ ਅਸੀਂ ਵੀ ਸੁਣੇ ਅਤੇ ਦਰਸ਼ਕ ਵੀ ਸੁਣ ਰਹੇ ਨੇ ਕਿਵੇਂ ਦੇਖਦੇ ਹੋ ਕਿਵੇਂ ਲੱਗਦਾ ਫਿਰ ਜਦੋਂ ਸੁਣਦੇ ਹੋ ਤੁਸੀਂ ਬਹੁਤ ਵਧੀਆ ਲੱਗਦਾ ਜੀ ਕਿੰਨੀ ਕੁ ਸਪੋਰਟ ਕਰਦੇ ਹੋ ਫਿਰ ਤੁਸੀਂ ਪੂਰੀ ਸਪੋਰਟ ਕਰੀ ਦੀ ਜੀ ਨਾਲ ਜਾਈਦਾ ਇਹਨਾਂ ਦੇ ਬੱਚਿਆਂ ਦੀ ਜਿੰਨਾ ਵੀ ਸਪੋਰਟ ਹੈ ਇਹਨਾਂ ਦੇ ਨਾਲ ਜਾਈਦਾ ਵਾ ਜਿੱਥੇ ਵੀ ਇਹਨਾਂ ਨੂੰ ਲੋੜ ਆ ਉੱਥੇ ਪਹੁੰਚੀਦਾ ਵਾ ਹਾਂਜੀ ਪਰ ਕਈ ਜੇ ਕਹਿ ਦਈਏ ਵਿੱਚ ਰੋਕਣ ਵਾਲੇ ਵੀ ਨੇ ਫਿਰ ਉਹਨਾਂ ਨੂੰ ਉਹ ਜਦੋਂ ਰੋਕਦੇ ਨੇ ਤਾਂ ਤੁਹਾਡੇ ਤੱਕ ਵੀ ਉਹ ਗੱਲਾਂ ਪਹੁੰਚਦੀਆਂ ਨੇ ਤਾਂ ਉਦੋਂ ਕਿਤੇ ਲੱਗਦਾ ਉਹ ਕਿਵੇਂ ਉਦੋਂ ਕਿਵੇਂ ਲੱਗਦਾ ਤੁਹਾਨੂੰ ਔਖਾ ਤਾਂ ਹੈ ਹੀ ਹੈ ਚਲੋ ਸੁਣਨੀਆਂ ਪੈਂਦੀਆਂ ਜਦੋਂ ਰੱਬ ਦੇ ਰਾਹ 'ਚ ਚੱਲੀਏ ਨਾ ਤਾਂ ਕੋਈ ਨਾ ਕੋਈ ਮੁਸ਼ਕਲ ਤਾਂ ਆਉਂਦੀ ਆਉਂਦੀ ਹੈ
हूँ जी वो ना तो लगे हैं तो मुश्किल तो आनिया आनिया सुननिया पैनिया लोगों दी। हाँ जी ओके आवाज़ बहुत सुरीली है कितने ना कि थोड़ा लगता भी बेटियां अपना सुपना पाने कामयाब हो जाएंगी। हाँ जी हाँ जी वधिया जी तो जरूर पिता जी ने भी यही कहा भी सुपना पूरा होगा तो हूँ असी इन्ह भैनों तो एक गाना सुना गया भैने क्या थोड़ा जो सारा तो फेवरेट गाना वा वो साढ़े दर्शकों को सुना दो। तू माने आना मन दिलदारा तू माने आना मन दिलदारा असा ते तेनू रब मनिया तू माने आना मन दिलदारा असा ते तेनू रब मनिया दस होर केड़ा रब ददवारा है असा ते तेनू रब मनिया तू मने आना मन दिलदारा असा ते तेनू रब मनिया। अच्छा भैने कोई जे कह दिए भी पाकिस्तानी सिंगर भी गाना जा तुम सुनना पसंद करते हो? जी बिल्कुल नसीबोलाल जी नूरजहां जी नुसरत फतेह अली खान साहब जी साहिब जी सारे सुनती हाँ खास करके बदर मियाँ दाद खान जी उन्होंने मैं बहुत सुन जरूर सुनाओ साढ़े दर्शकों को प्रोग्राम जी। जे आप पिलावे यार ते पीनी पैंदी है जदों आप पिलावे यार ते पीनी पैंदी जदों धोखा देवे प्यार जदों धोखा देवे प्यार जदों धोखा देवे प्यार ते पीनी पैंदी है जदों बिछड़ जा यार ते पीनी पैंदी जदों बिछड़ जावे यार ते पीनी पैंदी है जदों बिछड़ जावे यार ते पीनी पैंदी है। बहुत सोहनी आवाज़ तो मैं दर्शकों को बेनती करनी चाहना लास्ट के यही है कि वो तो वह पहले तो इस वीडियो में शेयर कर दो ता जो ये वीडियो वो तो वह तक पहुँच सके उन्होंने सपोर्ट करने वाले वीर तक पहुँच सके क्योंकि कितना कितने थोड़ी सपोर्ट की लड़ है इस भैनों इस आवाज़ में। अच्छा भैने कोई इंस्टाग्राम या यूट्यूब चैनल है दसोंगे दर्शकों? जी साडा यूट्यूब चैनल है अलका मलका सिस्टर के नाम से जी सा इंस्टाग्राम अकाउंट है वह भी हैगा सिंगर अलका मलका सिस्टर तो जोड़ा फेसबुक का चैनल हैगा पेज वह हैगा अलिका मलिका सिस्टर मतलब ALIKA MALIKA मतलब जोड़े दूजे अकाउंट उन्होंने आई नहीं है पेज के हैगा तो मतलब यूट्यूब तो इंस्टा सेम है बाकी अकाउंट कोई दर्शक तो संपर्क करना चाहते हम कोई फोन नंबर हो? हाँ जी मेरा हैगा नंबर 9914604157 9914604157। दर्शकों असी नंबर भी उत्ते मैनशन कर दिता कितना कितने इस आवाज़ में तुहाडी लोड़ आ तुहाडी सपोर्ट की लोड़ आ क्योंकि ये आवाज़ कितना कितने यार सामने आनी बनती है इस कितना कितने इस आवाज़ में घर के हालात रुक रहे हैं गे आवाज़ भी सुनी ली आ बाकमाल आवाज़ है किसी पक्ष तो भी कमी नहीं हैगी बाकी तुसी लगातार गाने सुनी रहे हो तो कितने कितने सपोर्ट बनती है जरूर सपोर्ट करो नंबर एड्रैस असी दे दिता वा तो वीडियो के सुनी लिया नंबर तो बाकी इदा दटोरिया असं तो होर भी थोड़े तक लैके आते रहेंगे इदा दवाज़ा थोड़े तक लैके आते रहेंगे तुम वो तो ब्रेकिंग न्यूज़ पंजाब चैनल सबसक्राइब करो लाइक करो शेयर करो तो मेरे नाल ने मेरे कैमरा परसन कुलदीप सिंह बादल बलजिंदर सिंह। खुदा दे कर देर है पर हनेर नहीं कि तुसी परेशान हो आज ही संपर्क करो गुरु बशीर खान कॉल करो 9814460154 पता लुधियाना हर परेशानी दा हाल पाओ 100% गारंटी दे नाल परेशानी जिवे व्याह विच रुकावट खोया प्यार वापस पाउणा पति पत्नी विच झगड़ा सौतन दुश्मन तो छुटकारा विदेश यात्रा इमीग्रेशन मसले औलाद सुख बुरे सुपने बीमारी विच दवा दा ना लगना लाटरी नंबर पाओ भावे 649 हो या मेगा मिलियन हर जगह तो निराश ते धोखा खा चुके दुखी भैन भरा एक बार जरूर संपर्क करो मैं थानू खून दे हंजू नहीं रोन देंगा इट्स माई प्रोमिस गुरु बशीर खान 9814460154 की तुसी परेशान हो 100% गारंटी नाल पाओ हर परेशानी दा हल गुरु अजमेरी बाबा संपर्क करो 9871-70721 खोया प्यार वापस पाओ 24 घंटे च परेशानी जिमे लव मैरिज प्यार च धोखा सौतन दुश्मन तो छुटकारा तलाक केस जमीनी झगड़ा विदेश यात्रा इमीग्रेशन मसले औलाद सुख बीमारी च दवा ना लगना कीता किराया दा जड़ तो खात्मा गुप्त वशीकरण कराओ मन चाहा प्यार पाओ लॉटरी नंबर पाओ भावे 649 हो लोटो मैक्स प्यार च धोखा खा चुके प्रेमी प्रेमिका एक बार जरूर संपर्क करन मैं तुहाडा प्यार टुटन नहीं देवांगा इट्स माई प्रोमिस संपर्क करो 9871-70721।